ਤੇ ਵਿਚਾਰ ਪੰਦਰਾ ਅਸੀਂ ਜਾਰੀ ਰੱਖਿਆ ਹੋਇਆ, ਕਾਫੀ ਸਾਰੀ ਕਾਲਸ ਸਾਨੂੰ ਆ ਰਹੀਆਂ ਹਨ, ਅਸੀਂ ਵਿਚਾਰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਆਪਣੇ ਵਿਊਅਰਸ ਦਾ ਵੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ 에ਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਹਰਪ੍ਰੀਤ ਸਿੰਘ। ਸਤਿ ਸ਼੍ਰੀ ਅਕਾਲ ਹਰਭਜਨ ਸਿੰਘ ਜੀ, ਕੀ ਹਾਲ ਚਾਲ? ਪਹਿਲਾਂ ਤਾਂ ਮੈਂ ਮੱਖਣ ਸਿੰਘ ਨੂੰ ਕਹਾਂਗਾ ਕਿ ਉਹਨਾਂ ਨੇ ਕਵਿਤਾ ਜਿਹੜੀ ਕਹੀ ਸੀ ਬਹੁਤ ਹੀ ਡੂੰਘੀ ਸੀ ਜੀ, ਔਰ ਬਹੁਤ ਹੀ ਮਤਲਬ ਮੀਨਿੰਗਫੁਲ ਸੀਗੀ। ਉਹ ਜਦ ਵੀ ਆਉਂਦੇ ਨੇ, ਜਦ ਵੀ ਉਹ ਕੋਈ ਪੀਸ ਕਹਿੰਦੇ ਨੇ, ਤੇ ਉਹਦੇ ਪਿੱਛੇ ਬਹੁਤ ਵੱਡੀ ਮਤਲਬ ਜਿਹਨੂੰ ਮੀਨਿੰਗ ਹੁੰਦੀ ਆ। ਹਰਕ੍ਰਿਤ ਸਿੰਘ, ਜੋ ਪਿਕਚਰ ਤੂੰ ਦਿਖਾਈ ਹੈਗੀ ਆ, ਜਿਹੜਾ ਕਲਿੱਪ ਦਿਖਾਇਆ ਹੈਗਾ, ਯੂ ਨੋ, ਇਹ ਦੇਖ ਕੇ ਤੁਹਾਡਾ ਮਨ ਕਾਫੀ ਪਰੇਸ਼ਾਨ ਹੁੰਦਾ ਕਿ ਯਾਰ ਸਾਡੇ ਸਮਾਜ ਨੂੰ ਹੋ ਕੀ ਗਿਆ, ਯੂ ਨੋ, ਇਹ ਬੱਸ ਦੇ ਘਰ ਨੂੰ ਅੱਗ ਕਿਉਂ ਲੱਗੀ ਹੋਈ ਆ? ਜਿਹੜਾ ਆਦਮੀ ਮਤਲਬ ਅਸੀਂ ਖੁਸ਼ਹਾਲ ਧਰਤੀ ਦੇ ਲੋਕ, ਯੂ ਨੋ, ਹਰ ਥੈ ਸਿੱਖ ਨੂੰ ਸਰਦਾਰ ਜੀ ਸਾਰਾ ਹਿੰਦੁਸਤਾਨ ਕਹਿ ਕੇ ਬੁਲਾਉਂਦਾ ਹੋਵੇ, ਅੱਜ ਉਹ ਸਾਰੀ ਇਮੇਜ ਦਾ ਇਹ ਲੋਕ ਬੇੜਾ ਕਰ ਕਿਉਂ ਕਰੀ ਜਾਂਦੇ ਆ? ਚਲੋ, ਇਹ ਸਮਝ ਨਹੀਂ ਆਉਂਦੀ ਕਿ ਵੀ ਇਹ ਜਿਹਨੂੰ ਵੀ ਕੀ ਇਹਨਾਂ ਦਾ ਮਾਇੰਡ ਸੈਟ ਆ, ਕੀ ਇਹ ਕਰਨਾ ਚਾਹੁੰਦੇ, ਜਿਹੜੀ ਬੁਰਸ਼ਾ ਕਰਦੀ ਆ। ਅਗਰ ਤੁਸੀਂ ਆਪਣੀ ਪ੍ਰੈਸ ਨੂੰ ਬੋਲਣ ਹੀ ਨਹੀਂ ਦਿਓਗੇ, ਅਗਰ ਤੁਹਾਡਾ ਰਾਜ ਹਕੂਮਤ ਆ ਜਾਂਦਾ, ਫਿਰ ਮਤਲਬ ਜਿਹਨੂੰ ਪ੍ਰੈਸ ਜਾਂ ਬਾਕੀ ਲੋਕਾਂ ਦੀ ਆਵਾਜ਼ ਕਿੱਥੇ ਚੱਲ ਜਾਊਗੀ? ਇਹ 21st ਸੈਂਚਰੀ ਆ, ਤੁਸੀਂ ਗੱਲਾਂ ਕਰਦੇ ਆ ਪਤਾ ਨੀ ਕਿਹੜੇ ਜ਼ਮਾਨੇ ਦੀਆਂ। ਓਨੈਸਟਲੀ ਬਿਲੀਵ ਕਰ, ਮੈਂ ਪੰਜਾਬੀ ਪੇਪਰ ਸੀ, ਮੈਂ ਦੇਖ ਰਿਹਾ, ਤਾਂ ਮੈਂ ਬਾਹਰ ਗਿਆ ਸੀ ਦੋ ਤਿੰਨ ਦਿਨ ਵਾਸਤੇ, ਬੜੇ ਪੀਸਫੁਲ ਇਲਾਕੇ 'ਚ ਗਿਆ ਸੀਗਾ। ਜਦੋਂ ਮੈਂ ਵਾਪਸ ਆਇਆ ਤਾਂ ਮੈਂ ਪੰਜਾਬੀ ਪੇਪਰ ਸੀ, ਤਾਂ ਮੈਂ ਉਹਦੇ ਉੱਪਰ ਕਈ ਨਾ ਜਿਹੜਾ ਇੱਥੇ ਹੋਇਆ ਸੀ ਰੈਫਰੈਂਡਮ ਦੀ ਮੀਟਿੰਗ ਹੋਈ ਸੀਗੀ, ਉਹਦੇ ਵਿੱਚ ਮੇਰੇ ਜਿਹੜੇ ਮਤਲਬ ਜਿਹਨੂੰ ਜਿਹੜੇ ਵੱਡੇ ਵੱਡੇ ਲੋਕ ਦਿਖਾਏ ਸਾ, ਪਾਵਰਫੁਲ ਲੋਕ ਦਿਖਾਏ ਗਏ, ਮੋਹਰੀ ਦਿਖਾਏ ਗਏ, ਉਹਨਾਂ 'ਚ ਬਹੁਤ ਸਾਰੇ ਮੈਂ ਚਿਹਰਿਆਂ ਨੂੰ ਜਾਣਦਾ। ਮੈਂ ਆਪਣੇ ਮਨ ਸੋਚ ਰਿਹਾ ਸੀਗਾ ਵੀ ਇਹ ਲੋਕ ਕੱਲ੍ਹ ਨੂੰ ਇਸ ਮੁਲਕ ਦੇ ਬਣ ਜਾਣ ਕੁਛ ਨਾ ਕੁਛ, ਤੇ ਮੁਲਕ ਕਿੱਧਰ ਨੂੰ ਜਾਏਗਾ? ਇਹਨਾਂ ਕੋਲ 5-7 ਜਮਾਤਾਂ ਇਹ ਪੰਜਾਬੀ ਦੀਆਂ ਪੜੇ ਹੋਏ ਨੀ ਗਏ, ਇਸ ਮੁਲਕ ਦੇ ਵਿੱਚ ਲੋਕਾਂ ਦੀਆਂ ਮਿੰਨਤਾਂ ਕਰਕੇ ਵਿਆਹ ਕਰਾ ਕੇ ਇਹਨਾਂ ਮੁਲਕਾਂ 'ਚ ਸੈੱਟ ਹੋਏ ਆ, ਕਈ ਸ਼ਲਾਰੂ ਬਣ ਕੇ ਆਏ ਆ, ਕਈ ਮਾਮਾ ਭੈਣਾਂ ਰਿਸ਼ਤੇਦਾਰਾਂ ਨੇ ਇਹਨੂੰ ਮੰਗਾ ਕੇ ਆਏ ਆ, ਅੱਜ ਇੱਥੇ ਰੋਟੀ ਅਸੀਂ ਖਾਣ ਲੱਗ ਗਏ ਤੇ ਅਸੀਂ ਹੋਰ ਹੀ ਪਾਸੇ ਨੂੰ ਤੁਰ ਪਏ ਹਾਂ। ਜਿਹਨੂੰ ਬੜੀ ਦੁੱਖ ਦੀ ਗੱਲ ਆ, ਇੱਕ ਦਿਨ ਰੰਧਾਵਾ ਸਾਹਿਬ ਆਏ ਸੀ, ਉਹਨਾਂ ਨੇ ਜ਼ਿਕਰ ਕੀਤਾ ਬਈ ਯੂਨੋ, ਜਿਸ ਵੇਲੇ ਆਜ਼ਾਦੀ ਹਿੰਦੁਸਤਾਨ ਹਿੰਦੁਸਤਾਨ ਨੂੰ ਮਿਲੀ ਆ, ਤਾਂ ਜਿਹੜੇ ਗਵਰਨਰ ਸੀ ਉਹਨਾਂ ਨੂੰ ਯੂਨੋ ਸੈਂਟਰ ਗੌਰਮੈਂਟ ਨੇ ਕਿਹਾ ਸੀ ਬਈ ਸਿੱਖ ਇੱਕ ਕ੍ਰਾਈਮ ਪੇਸ਼ਾ ਕੌਮ ਹੈ, ਇਹਦਾ ਜ਼ਿਆਦਾ ਖਿਆਲ ਰੱਖਣਾ। ਹੁਣ ਤੂੰ ਇਹ ਮੈਨੂੰ ਦੱਸ ਹਰਕੀਤ ਸਿੰਘ, ਤੂੰ ਵੀ ਪੰਜਾਬੀ ਆ, ਮੈਂ ਵੀ ਪੰਜਾਬੀ ਹਾਂ, ਜਦ ਮੈਂ ਕਿਤੇ ਪੰਜਾਬ ਜਾਂਦਾ, ਮੈਂ ਪਿੱਛੇ ਵੀ ਗਿਆ, ਮੈਂ ਹੁਸ਼ਿਆਰਪੁਰ ਇੱਕ ਕੋਰਟ 'ਚ ਗਿਆ, ਕੋਈ ਮੈਂ ਕੋਈ ਕੋਰਟ 'ਚ ਮੇਰੇ ਕੋਲ ਕੰਮ ਨਹੀਂ ਸੀਗਾ, ਉੱਥੇ ਮੇਰੇ ਰਿਸ਼ਤੇਦਾਰ ਮੁੰਡਾ ਮੀਆਂ ਬੀਬੀ ਦੋਨੇ ਵੀ ਅਸਟੈਂਡ ਲੱਗੇ ਹੋਏ ਆ, ਅਤੇ ਮੈਂ ਉਹਨਾਂ ਨੂੰ ਹੈਲੋ ਕਰਨ ਚਲਾ ਗਿਆ, ਮੈਨੂੰ ਮੇਰੇ ਰਿਸ਼ਤੇਦਾਰ ਸੀਗੇ, ਯਾਨੀ ਕੋਰਟ ਹੁਸ਼ਿਆਰਪੁਰ ਦੀ ਇੱਕ ਪਿੰਡ ਦਾ ਪਿੰਡ ਹੀ ਆ, ਉੱਥੇ ਤੁਹਾਨੂੰ ਇਹੀ ਭਾਈਚਾਰਾ ਦਿਸੂਗਾ ਜਿਹੜਾ ਕੋਰਟਾਂ 'ਚ ਤੁਰਿਆ ਫਿਰਦਾ। ਹਾਂਜੀ, ਅਤੇ ਜੇ ਜਦੋਂ ਅਸੀਂ ਮਾੜ ਮਾੜੀਆਂ ਗੱਲਾਂ 'ਤੇ ਤਲਵਾਰਾਂ ਕਰ ਲੈਂਦੇ ਹਾਂ, ਇਸ ਤਰ੍ਹਾਂ ਕੁੱਟਣ ਪੈਂਦੇ ਆ ਇੱਕ ਸ਼ਰੀਫ ਇਨਸਾਨ ਨੂੰ, ਫਿਰ ਸਾਨੂੰ ਫਿਰ ਮਤਲਬ ਫਿਰ ਸਾਨੂੰ ਦੇਵਤੇ ਕਹਿਣਗੇ, ਫਿਰ ਕ੍ਰੀਮ ਪਕਾਨ ਕਰਿਆ ਕ੍ਰਾਈਮ ਪੇਸ਼ਾ ਸਾਨੂੰ ਲੋਕੀ ਸੱਦਣਗੇ? ਜੀ ਜੀ ਜੀ, ਓਨੈਸਟਲੀ ਯੂ ਨੋ, ਮੈਂ ਕਿਸੇ ਵੀ ਕਿਸੇ ਦੇ ਖਿਲਾਫ਼ ਨਹੀਂ ਗਾ, ਬਹੁਤ ਸਾਰੇ ਇਹਨਾਂ ਦੇ ਮੇਰੇ ਦੋਸਤ ਵੀ ਬਹੁਤ ਅੱਛੇ ਆ, ਮੈਂ ਕਦੀ ਇਹਨਾਂ ਦੀ ਗੱਲ ਨਹੀਂ ਕਰਦਾ, ਉਹਨਾਂ ਦੇ ਆਪੋ ਆਪਣੇ ਵਿਚਾਰ ਆ, ਪਰ ਨਾ ਜਦ ਪ੍ਰੈਸ ਦੀ ਵੀ ਫਰੀਡਮ ਖੋਈ ਜਾਵੇ, ਕਿ ਮੇਰੇ ਵਰਗਾ, ਮੈਂ ਤੈਨੂੰ ਯਕੀਨ ਕਰ, ਮੈਨੂੰ ਮੈਂ ਬਹੁਤ ਲੋਕਾਂ ਨੂੰ ਜਾਣਦਾ, ਮੈਂ ਪਬਲਿਕ 'ਚ ਕੰਮ ਕੀਤਾ, 35 ਸਾਲ ਮੈਂ ਗੌਰਮੈਂਟ ਦੀ ਨੌਕਰੀ ਕੀਤੀ ਆ, ਮਿਲੀਅਨ 'ਚ ਲੋਕੀ ਮੈਨੂੰ ਜਾਣਦੇ ਆ, ਬਹੁਤ ਲੋਕਾਂ ਨੂੰ ਮੈਨੂੰ ਚਾਂਸ ਮਿਲਿਆ, ਯਾਨੀ ਮੈਂ ਕਹਿੰਦਾ ਕਿ ਮੈਨੂੰ ਮਤਲਬ ਮੈਨੂੰ ਮੈਂ ਇਹ ਨਹੀਂ ਕਿ ਬਿਲਕੁਲ ਮੈਂ ਨਾ ਹੀ ਵਿਆਂ ਇਸ ਮੁਲਕ ਦੇ ਵਿੱਚ, ਪਰ ਮੈਂ ਇਹ ਸੋਚਦਾ ਕਿ ਜੇ ਇਸ ਮੁਲਕ 'ਚ ਆਣ ਕੇ ਸਾਡੇ ਬੱਚੇ ਪੜ੍ਹ ਲੱਗੇ, ਸਭ ਅਸੀਂ ਇੱਕ ਅੱਛਾ ਭਾਈਚਾਰਾ ਪੈਦਾ ਕਰ ਸਕਦੇ ਸੀ, ਆਪਣੇ ਮੁਲਕ ਦਾ ਬਹੁਤ ਕੁਛ ਬਣਾ ਸਕਦੇ ਸੀ, ਅਸੀਂ ਤਾਂ ਆਪਣੀਆਂ ਜੜ੍ਹਾਂ ਆਪ ਹੀ ਵੱਢੀ ਜਾਂਦੇ ਹਾਂ। ਮੈਨੂੰ ਤਾਂ ਇਹ ਮਾਇੰਡ ਸੈੱਟ ਹੀ ਨਹੀਂ, ਮੇਰੇ ਗੱਲ ਦਿਮਾਗ 'ਚ ਨਹੀਂ ਪੈਂਦੀ ਵੀ ਅਸੀਂ ਅਸੀਂ ਕਰਨ ਕੀ ਆਏ ਸੀ, ਅਸੀਂ ਕਰਦੇ ਕੀ ਹਾਂ, ਹੈਂ, ਆਏ ਸੀ ਅਸੀਂ ਆਪਣੇ ਦੇਸ਼ ਦਾ, ਆਪਣੇ ਸੂਬੇ ਦਾ, ਆਪਣੇ ਭਾਈਚਾਰੇ ਨੂੰ ਸਟਰੋਂਗ ਕਰਨ ਦਾ, ਤੇ ਅਸੀਂ ਤਾਂ ਉਹਨੂੰ ਵੰਡ ਕੇ ਉਹਦਾ ਬੇੜਾ ਹੀ ਗਰਕ ਕਰ ਦਿੱਤਾ, ਔਰ ਕਰੀ ਜਾ ਰਹੇ ਨੇ। ਤੁਸੀਂ ਕਹਿੰਦੇ ਜੀ ਉਹ ਪੰਜਾਬ ਵੱਧਦਾ ਨਹੀਂ ਗਾ, ਉੱਥੇ ਆਹ ਹੋ ਰਿਹਾ, ਉੱਥੇ ਉੱਥੇ ਖੇਸ ਵੱਧਦੇ ਜਦ ਅਸੀਂ ਉਹਦੀ ਲੱਤਾਂ ਆਪ ਹੀ ਵੱਢੀ ਜਾਂਦੇ ਹਾਂ। ਚਲੋ, ਇਹ ਜਿਹੜਾ ਨਾ ਇਹ ਜਿਹੜੀ ਬੁਰਸ਼ਾ ਕਰਦੀ ਆ, ਤੁਹਾਡੀ ਪ੍ਰੈਸ 'ਤੇ ਵੀ ਅਟੈਕ ਹੋਇਆ, ਦੇਖੋ ਜਿਹੜੀਆਂ ਗੱਲਾਂ ਦੇਖੀਆਂ, ਆਦਮੀ ਨੂੰ ਯਕੀਨ ਨਹੀਂ ਆਉਂਦਾ ਕਿ ਯਾਰ ਇੱਕ ਸ਼ਰੀਫ ਆਦਮੀ ਆ, ਦਿੱਲੀ ਦੇ ਵਿੱਚ ਬਹੁਤ ਰਿਸਪੈਕਟਡ ਸਿੱਖ ਆ, ਸਿੱਖ ਤੁਹਾਡਾ ਭਰਾ ਆ, ਤੁਸੀਂ ਉਹਨੂੰ ਗਾਲਾਂ ਕੱਢਦੇ ਆ, ਹੈਂ, ਇਹਦਾ ਬਾਪ ਹਰਕੀਤ ਸਿੰਘ, ਤੁਸੀਂ ਯਕੀਨ ਨਹੀਂ ਹੋ ਕਰੇਗਾ ਤੂੰ, ਮੈਂ ਤੁਹਾਨੂੰ ਦੱਸਦਾ, ਇਹਨੇ ਬੱਚਾ ਹੀ ਹੋਏਗਾ ਜਿਹਨਾਂ GK ਸਾਹਿਬ, ਇਹਦਾ ਬਾਪ ਨਾ 40-45 ਸਾਲ ਪਹਿਲਾਂ ਮੇਰੇ ਘਰ ਵਿੱਚ 2 ਰਾਤਾਂ ਰਹਿ ਕੇ ਗਿਆ,
ਮੇਰਾ ਕੋਈ ਰਿਸ਼ਤੇਦਾਰ ਨਹੀਂ ਸੀਗਾ। ਮੈਂ ਇੱਕ ਸਵਾਲ ਹਰਭਜਨ ਸਿੰਘ ਜੀ, ਆਈ ਆਈ ਅੰਡਰਸਟੈਂਡ, ਮੈਂ ਯੰਗ ਉਮਰ ਜੀ ਕਰ ਲਿਆ ਸੀਗਾ 67 ਦੀ ਗੱਲ ਆ। ਉਹਦਾ ਇਹਦਾ ਬਾਪ ਮੇਰੇ ਘਰ ਦੇ ਦੋ ਰਾਤਾਂ ਰਹਿ ਕੇ ਗਿਆ, ਇੰਨਾ ਉਹ ਬੀਬਾ ਇਨਸਾਨ ਸੀਗਾ। ਜੀ ਜੀ ਆਈ ਅੰਡਰਸਟੈਂਡ, ਆਈ ਅੰਡਰਸਟੈਂਡ ਯੂ ਟਾਕਿੰਗ ਅਬਾਊਟ ਹਿਸ ਫਾਦਰ, ਠੀਕ ਹੈ। ਮੈਂ ਇੱਕ ਗੱਲ ਇੱਥੇ ਪੁੱਛਣਾ ਚਾਹੁੰਦਾ ਕਿ ਪਾਰਟੀ ਬੁਰੀ ਹੁੰਦੀ ਕਿ ਪਾਰਟੀ ਦੇ ਵਿੱਚ ਜਿਹੜੇ ਨੁਮਾਇੰਦੇ ਹੁੰਦੇ ਨੇ, ਜਿਹੜੇ ਪਾਰਟੀ ਦੇ ਹਿਮਾਇਤੀ ਹੁੰਦੇ ਨੇ, ਉਹ ਬੁਰੇ ਹੁੰਦੇ ਹਨ? ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਸੰਬੰਧ ਰੱਖਦੇ ਨੇ ਮਨਜੀਤ ਸਿੰਘ ਜੀ ਕੇ, ਉਹ ਪਾਰਟੀ ਹੈ, ਅਤੇ ਨਾਲ ਜਿਸ ਜਿਨ੍ਹਾਂ ਉੱਤੇ ਗੱਲ ਕੀਤੀ ਜਾ ਰਹੀ ਹੈ ਉਹ ਲੋਕ ਨੇ, ਕੀ ਪਾਰਟੀ ਬੁਰੀ ਹੈ ਕਿ ਹਿਮਾਇਤੀ ਬੁਰੇ ਨੇ, ਤੁਹਾਨੂੰ ਕੀ ਲੱਗਦਾ? ਦੇਖੋ ਜਿਹਨੋ ਜਿਹੜੀ ਮਤਲਬ ਮੇਰਾ ਕਹਿਣਾ ਮਤਲਬ ਜਿਹਨੋ ਅਕਾਲੀ ਪਾਰਟੀ ਉਹ ਧਰਮ ਆਪਣੇ ਆਪ ਨੂੰ ਧਾਰਮਿਕ ਪਾਰਟੀ ਵੀ ਕਹਾਉਂਦੀ ਆ, ਔਰ ਦੂਸਰੀ ਗੱਲ ਹੈ ਉਹ ਪੋਲੀਟੀਕਲ ਪਾਰਟੀ ਵੀ ਕਹਾਉਂਦੀ ਆ, ਉਹਨਾਂ ਦਾ ਆਪਣਾ ਏਜੰਡਾ ਹੈਗਾ ਜਿਹਨੋ। ਪਰ ਜਿੱਥੋਂ ਤੱਕ ਜਿਹਨੋ ਪਰ ਹੈ ਤਾਂ ਸਿੱਖ ਹੀ ਨਾ। ਹੁਣ ਜੇ ਪੰਜਾਬ ਦੇ ਵਿੱਚ ਇੱਕ ਆਦਮੀ ਨੇ ਇੱਥੇ ਕਿਹਾ ਸੀਗਾ ਕਿ ਤੁਸੀਂ ਕਹਿੰਦੇ ਖਾਲਿਸਤਾਨ ਚਾਹੀਦਾ ਜਾਂ ਪੰਜਾਬੀ ਸੂਬਾ ਚਾਹੀਦਾ, ਤੁਸੀਂ ਇਹ ਦੱਸੋ ਵੀ 1966 ਤੋਂ ਬਾਅਦ ਉਹਨੇ ਕਿਹਾ ਵੀ ਆਇਆ ਕੋਈ ਕੋਈ ਹਿੰਦੂ ਜਾਂ ਕੋਈ ਸ਼ਡਿਊਲ ਕਾਸਟ ਇੱਥੇ ਪੰਜਾਬ ਦਾ ਚੀਫ ਮਿਨਿਸਟਰ ਬਣਿਆ, ਤੇ ਹੁਣ ਵੀ ਤਾਂ ਸਿੱਖ ਹੀ ਆ। ਜਿਹਨੂੰ ਜਿਹੜੇ ਬਾਕੀ ਜਿਹੜੇ ਇਸ ਵੇਲੇ ਪ੍ਰੈਜੀਡੈਂਟ ਆ ਜਾਂ ਮਤਲਬ ਜਿਹਨੂੰ ਪ੍ਰਾਈਮ ਮਿਨਿਸਟਰ ਚੀਫ ਮਿਨਿਸਟਰ ਆ ਜਾਂ ਮਿਨਿਸਟਰ ਆ, ਉਹ 90% ਹਾਲੇ ਵੀ ਹਰ ਚੀਜ਼ ਸਿੱਖਾਂ ਦੇ ਹੱਥ ਵਿੱਚ ਆ। ਤੇ ਫਿਰ ਕਹੋ ਜੀ ਸਾਡੇ ਕੋਲ ਹੱਥ 'ਚ ਨਹੀਂ ਹੈਗਾ, ਤੇ ਜਿਹੜੀਆਂ ਬਾਕੀ ਬਰਾਦਰੀਆਂ ਉਹ ਸੋਚਦੀਆਂ ਯਾਰ ਸਭ ਕੁਛ ਹੋਣ ਦੇ ਬਾਵਜੂਦ ਇਹ ਕਹਿੰਦੇ ਸਾਡੇ ਕੋਲ ਕੁਛ ਹੈ ਹੀ ਨਹੀਂ, ਲੋਕਾਂ ਦੇ ਹੱਕ ਮਾਰ ਕੇ ਕਹਿੰਦੇ ਸਾਡੇ ਹੱਕ ਮਾਰ ਲੈ ਗਏ ਆ, ਹੈ ਇਹ ਇਹ ਜਿਹਨੂੰ ਲੋਕਾਂ ਨੂੰ ਇਹ ਗੱਲ ਸਮਝ ਹੀ ਨਹੀਂ ਆ ਰਹੀ, ਯੂਨੋ ਇਹ ਸਾਈਕਿਕ ਸਮਝ ਨਹੀਂ, ਮਾਇੰਡ ਸੈਟ ਹੀ ਨਹੀਂ ਸਮਝ ਹੋ ਰਿਹਾ ਵੀ ਸਭ ਕੁਛ ਹੋਣ ਦੇ ਬਾਵਜੂਦ ਸਾਰੀ ਦੁਨੀਆਂ ਇਹਨਾਂ ਨੂੰ ਸਰਦਾਰ ਜੀ ਕਹਿ ਬੁਲਾਉਂਦੀ ਆ, ਇੱਜ਼ਤ ਮਾਣ ਕਰਦੀ ਹੈ, ਇਹ ਸਾਰੇ ਦਾ ਬੇਟਾ ਆਪ ਹੀ ਗੱਲ ਕਰੀ ਜਾਂਦੇ ਆ। ਮੈਂ ਤਾਂ ਏਦਾਂ ਦੀ ਕਮਲਾਪਨ ਮੈਂ ਨਹੀਂ ਦੇਖਿਆ ਵੀ ਜਿਹਦੀ ਕੋਈ ਇੱਜ਼ਤ ਮਾਣ ਸਭ ਕੁਛ ਉਹ ਆਪਣੇ ਆਪ ਹੀ ਖੂਹ ਸਿੱਟੀ ਜਾਂਦਾ ਹੋਵੇ। ਉਹ ਜਿਹੜਾ ਪੰਜਾਬ ਦਾ ਕਿਸਾਨ ਸੀ ਜਿਹਦੀ ਲੋਕੀ ਇੱਜ਼ਤ ਕਰਦੇ ਸੀ, ਮਾਣ ਕਰਦੇ ਸੀ, ਉਹ ਬੇਚਾਰਾ ਸੜਕਾਂ ਤੇ ਡੀਮੋਰਲਾਈਜ਼ ਹੋ ਕੇ ਤੁਰਿਆ ਫਿਰਦਾ, ਕਦੀ ਸੋਚਿਆ ਸੀ ਕਿ ਕਿਸਾਨ ਲੋਕਾਂ ਕੋਲ ਮੰਗਦਾ ਫਿਰੇ ਮੇਰਾ ਕਰਜ਼ਾ ਉਤਾਰੋ, ਮੇਰੇ ਮੈਂ ਫਾਹਾ ਲੈ ਲਿਆ ਮੇਰਾ, ਹੈ ਬੱਚਿਆਂ ਨੂੰ ਛੱਡ ਕੇ ਚਲਾ ਗਿਆ, ਕਦੀ ਕੋਈ ਸੋਚਿਆ ਸੀਗਾ? ਅੱਜ ਉੱਥੇ ਸਭ ਕੁਛ ਹੋਣ ਦੇ ਬਾਵਜੂਦ ਵੱਡੀਆਂ ਗੱਡੀਆਂ, ਵੱਡੇ ਜਿਹਨਾਂ ਵੱਡੇ ਟਰੋਲੇ, ਵੱਡੇ ਜਿਹਨਾਂ ਮਰਸੀਡੀ ਕਾਰਾਂ ਹੋਣ ਦੇ ਬਾਵਜੂਦ ਵੀ ਅਸੀਂ ਕਹਿੰਦੇ ਅਸੀਂ ਕੰਗਾਲ ਆ, ਸਾਡੇ ਕੋਲ ਕੁਛ ਨੀ, ਅਸੀਂ ਮਰ ਗਿਆ ਸੀ ਜਿਵੇਂ। ਉਹ ਤੁਸੀਂ ਜੀਵੋਗੇ ਕਦ ਸਭ ਕੁਛ ਹੋਣ ਦੇ ਬਾਵਜੂਦ ਵੀ? ਆਈ ਡੂ ਨੋਟ ਨੋ, ਅਸੀਂ ਇੱਥੇ ਬੜਾ ਆਉਣ ਆਏ ਸੀ ਇੱਕ ਵਧੀਆ ਗੱਲਾਂ, ਅਸੀਂ ਵੱਡੇ ਧਾਰਮਿਕ ਸਥਾਨ ਬਣ ਗਏ, ਹੁਣ ਇਹ ਸਾਰੇ ਮਤਲਬ ਇਹਨਾਂ ਲੋਕਾਂ ਦੇ ਹੱਥ 'ਚ ਆ ਗਿਆ, ਕਿਉਂਕਿ ਮੇਰੇ ਵਰਗੇ ਸ਼ਰੀਫ ਲੋਕ ਹੈ ਉਹ ਜਾਂਦੇ ਨਹੀਂ ਗਏ, ਅਸੀਂ ਹੁਣ ਕੁੱਟ ਥੋੜ੍ਹੀ ਖਾਣੀ ਜਾ ਕੇ ਉੱਥੇ। ਮੈਂ ਕਿਹਾ ਉਹ ਵਿਚਾਰੇ ਘਰਾਂ 'ਚ ਬੈਠ ਗਏ। ਪਰ ਮੈਂ ਤੁਹਾਨੂੰ ਦੱਸਣਾ, ਇਸ ਮੁਲਕ ਦੀ ਨਾ 90% ਲੋਕੀ ਮਤਲਬ ਨਾ ਦਿਲ ਵਿੱਚ ਆਪਣੇ ਜਜ਼ਬਾਤ ਘੁੱਟ ਕੇ ਬੈਠੇ ਆ, ਚੁੱਪ ਕਰਕੇ ਬੈਠੇ ਆ, ਉਹਨਾਂ ਕੋਲ ਕੋਈ ਚਾਰਾ ਨਹੀਂ। ਉਹ ਕਹਿੰਦੇ ਜਿਹੜਾ ਰੌਲਾ ਨੂੰ ਪਾਈ ਜਾਣਾ ਪਾਈ ਜਾਣ ਦਿਓ, ਇਹਨਾਂ ਤੋਂ ਕੰਨ ਮੀਟ ਲਓ, ਬਸ ਅੱਖਾਂ 'ਚ ਪਾ ਲਓ, ਇਹਨਾਂ ਨੂੰ ਸੁਣੋ ਹੀ ਨਾ ਜੋਸ਼ ਕਰ ਕਿਹੜੀਆਂ ਜਿਹੜੀਆਂ ਗੱਲਾਂ ਤੁਸੀਂ ਸੁਣਦੇ ਨਾ ਉਹ ਤੁਹਾਨੂੰ ਪਰੇਸ਼ਾਨ ਨਹੀਂ ਕਰਦੀਆਂ। ਜੀ ਜੀ ਮੈਂ ਵੀ ਇੱਕ ਕਮਲਾ ਆਦਮੀ ਆ, ਮੈਂ ਬਿਨਾ ਵਜ੍ਹਾ ਮੈਂ ਇਹਨਾਂ ਦੀਆਂ ਗੱਲਾਂ ਸੁਣ ਕੇ ਆਪਣਾ ਪੀਸ ਆਫ ਮਾਇੰਡ ਖਰਾਬ ਕਰਿਆ, ਮੈਨੂੰ ਕਰਨਾ ਨਹੀਂ ਚਾਹੀਦਾ। ਮੈਂ ਤਾਂ 3 ਦਿਨ ਹੋਲੀਡੇ ਕੱਟ ਕੇ ਆਇਆ ਇੰਗਲੈਂਡ ਦੇ ਉਸ ਇਲਾਕੇ ਵਿੱਚ ਜਿੱਥੇ ਨਾ ਮਤਲਬ ਤੁਹਾਨੂੰ ਇੰਨਾ ਪੀਸਫੁਲ ਆ, ਕੋਈ ਜਦੋਂ ਜਦੋਂ ਇੱਕ ਇੱਕ ਮੈਂ ਉੱਥੇ ਕੋਟੇਜ ਮਤਲਬ ਅਸੀਂ ਹਾਇਰ ਕੀਤਾ, ਉਹਦਾ 3 ਰਾਤਾਂ ਦਾ ਕਿਰਾਇਆ £1,000 ਸੀਗਾ। ਔਰ ਜਦੋਂ ਮੈਂ ਘਰ 'ਚ ਆਇਆ ਨਾ ਤਾਂ ਉਹੀ ਮੇਰਾ ਹੈਡਿਕ ਮੇਰੇ ਸਿਰ 'ਤੇ ਫੇਰ ਮੁੜ ਕੇ, ਕਿਉਂਕਿ ਮੇਰਾ ਉਹ ਮੈਂ ਜਦ ਗੱਲ ਸੁਣਦਾ ਨਾ ਫਿਰ ਮੈਂ ਤਾਂ ਰਹਿ ਨਹੀਂ ਹੁੰਦਾ। ਮੈਂ ਸਮਝ ਰਿਹਾ, ਕੋਈ ਗੱਲ ਨਹੀਂ। ਹਰਕੀ ਸਿੰਘ ਜੀ 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 ਹਰਕੀਤ ਜੀ 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 ਹਰਕੀਤ ਯੂ ਡੂਇੰਗ ਅ ਵੈਰੀ ਗੁੱਡ ਜੋਬ ਜੀ ਜੀ ਓਨੈਸਟਲੀ ਆਈ ਰਿਸਪੈਕਟ ਯੂ, ਯੂ ਆਰ ਅ ਲਵਲੀ ਯੰਗ ਮੈਨ। ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ ਹਰਭਜਨ ਸਿੰਘ ਜੀ। ਮੈਂ ਤੁਹਾਨੂੰ ਵੀ ਦਰਖਾਸਤ ਕਰਾਂਗਾ, ਧਿਆਨ ਰੱਖੋ ਆਪਣਾ, ਕਾਮ ਰਹੋ ਥੋੜ੍ਹਾ ਜਿਹਾ, ਕੋਈ ਗੱਲ ਨਹੀਂ। ਮੈਂ ਸਮਝ ਸਕਦਾ ਤੁਹਾਡੇ ਜਜ਼ਬਾਤ ਜਿਹੜੇ ਨੇ ਆ ਜਾਂਦੇ ਨੇ ਬਾਹਰ, ਅਸੀਂ ਮੇਰੇ ਵੀ ਆ ਜਾਂਦੇ ਨੇ ਐਜ਼ ਐਨ। ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਮੈਂ ਪੱਤਰਕਾਰ ਬਾਅਦ 'ਚ, ਲੇਕਿਨ ਮੈਂ ਸਿੱਖ ਪਹਿਲਾਂ। ਔਰ ਜਦ ਮੈਂ ਦੇਖਦਾ ਕਿ ਇੱਕ ਸਿੱਖ ਦੀ ਪੱਗ ਲਾਈ ਜਾਂਦੀ ਹੈ ਔਰ ਕਿਸ ਤਰੀਕੇ ਨਾਲ ਗੁਰਦੁਆਰੇ ਦੇ ਵਿੱਚ ਤੁਸੀਂ ਜਾ ਕੇ ਇੱਕ ਦੂਜੇ ਨਾਲ ਲੜਦੇ ਹੋ, ਤਾਂ ਮੇਰਾ ਖੁਦ ਆਪ ਦਾ ਖੂਨ ਖੋਲ ਜਾਂਦਾ ਹੈ, ਇੱਕ ਐਜ਼ ਐਨ ਸਿੱਖ, ਇੱਕ ਐਜ਼ ਐਨ ਯੂ ਨੋ ਗਾਏ ਹੂ ਬਿਲੋਂਗਸ ਟੂ ਦਿਸ ਕਮਿਊਨਿਟੀ, ਜਿਹਨੂੰ ਜੋ ਚਾਹੁੰਦਾ ਕਿ ਅਜਿਹੀਆਂ ਗੱਲਾਂ ਨਾ ਹੋਣ, ਲੇਕਿਨ ਕਿਤੇ ਨਾ ਕਿਤੇ ਉਹ ਗੱਲਾਂ ਸਾਹਮਣੇ ਆ ਜਾਂਦੀਆਂ ਹਨ ਕਿ ਜਦ ਤੁਹਾਨੂੰ ਨਿੱਜੀ ਅਟੈਕ ਕੀਤਾ ਜਾਂਦਾ, ਫਿਰ ਤੁਸੀਂ ਨਹੀਂ ਵੇਖਦੇ ਕਿ ਆਖਿਰਕਾਰ ਕੋਈ ਤੁਹਾਡਾ ਕੌਮ ਦਾ ਹੀ ਬੰਦਾ ਜੇ ਕਿਤੇ ਤੁਹਾਡੀ ਗੱਲ ਰੱਖ ਰਿਹਾ, ਤੁਹਾਡੀਆਂ ਗੱਲਾਂ ਨੂੰ ਅੱਗੇ ਲੈ ਕੇ ਜਾਂਦਾ, ਤਾਂ ਇਹ ਗੱਲਾਂ ਸਾਹਮਣੇ ਆਉਂਦੀਆਂ ਹਨ। ਮੈਂ ਵਿਚਾਰ ਵਟਾਂਦਰਾ ਜ਼ਰੂਰ ਜਾਰੀ ਰੱਖਾਂਗਾ, ਕਾਫੀ ਸਾਰੀ ਕਾਲ ਸਿਸਟਮ ਕਿਊ ਦੇ ਵਿੱਚ ਨੇ, ਅਤੇ ਮੈਂ ਦਰਖਾਸਤ ਕਰਾਂਗਾ ਕਿ ਜਦ ਮੈਂ ਬ੍ਰੇਕ ਤੋਂ ਬਾਅਦ ਆਵਾਂਗਾ ਅਤੇ 30-40 ਸੈਕਿੰਡ ਦੇ ਵਿੱਚ ਆਪਣੀ ਗੱਲ ਕਹਿ ਕੇ ਜ਼ਰੂਰ ਖਤਮ ਕਰਿਓ ਜੀ, ਇਸ ਬ੍ਰੇਕ ਤੋਂ ਉਸ ਪਾਰ।